बिस्मिल्लाहिर्रहमानिर्रहीम बिस्मिल्लाहिर्रहमानिर्रहीम अस्सलामुअलैकुम वरहमतुल्लाहि वबरकात। उम्मीद कर रहा है मेरे बहन भाई साहब ठीक होंगे। अल्हम्दुलिल्लाह बन भी ऐसी ठीक है कि दुआ ने सड़ी दवा से देखने मेरे बहन भाई अभी तब पक तंदुरुस्ती दे दे अपने हिजमन रखे आमीन सुमामीन। अल्लाह पाक मेरी बहन भैया दी नेक दिली ख्वाहिशात पूरियां करे। अल्लाह पाक मेरी बहन भैया ते और फलसनी बहन भैया खास करम और रहम करे। अल्लाह पाक फलसनी बहन भैया आजादी की दौलत नाल मालामाल करे। अल्लाह पाक उन्होंने हाल ते रहम करे आमीन सुमामीन। इसे नेक और प्रेरित करने वाली दा आज जी मैं थोड़ा भाई मोहम्मद अरसलान तुसी देख रहे हो मेरा चैनल मोहम्मद आयश व्लॉग। क्योंकि अज कम ते जाना वा ते उस बाद बच्चे हॉस्पिटल भी लैके जाना वा क्योंकि रात दे नया और फातमा दोनों नया फातमा और मोहम्मद दानिश दोनों ने बहुत ज़्यादा बुखार आ ते उन्होंने सब तो पहले हॉस्पिटल लैके जाना वा। हॉस्पिटल लैके जाने तो बाद फिर अपना कम ते जावांगा क्योंकि कम ते जाना भी जरूरी है और बच्चों को हॉस्पिटल लैके जाना भी जरूरी है। चलांगे इंशाल्लाह अपना अज्ज दे व्लॉग का जो भी स्टेटस है तुहाडे नाल शेयर करांगे इंशाल्लाह ते वीडियो ना जरिए। हाँ जी ਜੀਵਨ ਵੀ ਤਿਆਰ ਹੋ ਗਏ ਆ ਬੱਚੇ ਵੀ ਤਿਆਰ ਕਰ ਲਏ ਆ। ਨਾ ਫਾਤਮਾ ਔਰ ਮੁਹੰਮਦ ਦਾਨਿਸ਼ ਦੋਨਾਂ ਨੂੰ ਬਹੁਤ ਜ਼ਿਆਦਾ ਬੁਖਾਰ ਸੀਗਾ ਅਤੇ ਮੈਂ ਕਿਹਾ ਸਭ ਤੋਂ ਪਹਿਲਾਂ ਚੈੱਕ ਕਰਾਉਂਦੇ ਹਾਂ ਲੀ ਫਿਰ ਤਿਆਰ ਹੋ ਗਏ। ਨਾ ਫਾਤਮਾ ਨਾਇਆ ਮੂੰਹ ਨਿਕਲਿਆ ਨਿਕਲਿਆ ਬੁਖਾਰ ਨਾਲ ਦਾਨਿਸ਼ ਨੂੰ ਬੁਖਾਰ ਆ ਅਤੇ ਨਾਇਰ ਨੂੰ ਬੁਖਾਰ ਆ। ਦੇਖ ਇਹਨੇ ਬਾਈ ਨੂੰ ਹੱਥ ਹਮੇਸ਼ਾ ਥਾਪੜੇ ਮਾਰਨੇ ਇਹਦੇ ਮੂੰਹ ਮੁਸਕਿਲ ਆ। ਚਲੀਏ ਨਾ ਚਲੀਏ ਕੀ ਡਾਕਟਰ ਕੋਲ ਬੁਖਾਰ ਵੀ ਹਿਲਤਾ ਕਰ ਲੋ ਫੇਰ ਨਹੀਂ ਹਲਕੀ ਬੱਚੇ ਚਲੋ ਫਿਰ ਅੰਨਾ ਦੇ ਉਹ ਚੁੰਨੀ ਫੜਾ ਮੈਂ ਮੈਂ ਬੰਦਨਾ ਮੁਸਲ ਤੇ ਅਬੂ ਕੀ ਮਸਲਾ ਕਹਿੰਦੇ ਕਿ ਘਰ ਆ ਗਏ ਕੱਲ ਤੇ ਅਬੂ ਘਰ ਆਏ ਅਬੂ ਨੇ ਆਟਾ ਪਿਆ ਕੇ ਲੈ ਕੇ ਨਾਲ ਚ ਗੱਲ ਬਲਨ ਚ ਕੇ ਜਾ ਕੇ ਲੈ ਕੇ ਕਿ ਮੋਟਰਸਾਈਕਲ ਜੋ ਅਬੂ ਨੇ ਕੋਲ ਸੀ ਸਭ ਤੇ ਤੇ ਸੇਫਟੀ ਬੈਲਟ ਲਾ ਲੋ ਗਿਰ ਜਾਏਗਾ ਨਾ ਸਰ ਮੋਟਰਸਾਈਕਲ ਨਹੀਂ ਫੜਦਾ ਤਾਂ ਸੀ ਮੁਹੰਮਦ ਜਿਹੜੀ ਨਾ ਫਾਤਮਾ ਵਾ ਨਾ ਫਾਤਮਾ ਗੋ ਮੋਟਰਸਾਈਕਲ ਫੜ ਲੈਂਦੀ ਹੈ ਮੁਹੰਮਦ ਦਾਨਿਸ਼ ਨਹੀਂ ਪਕੜਦਾ ਹੈਗਾ। ਹਾਂਜੀ ਹਾਂਜੀ ਹਾਂ ਮੈਂ ਤਾਂ ਪੁੱਤ ਗਿਰੇਗਾ ਨਹੀਂ ਹੈ ਚਲੀਏ ਚੱਲ ਚਲੀਏ ਮੁਝੇ ਲੁਬਾਲਾ ਅੱਛਾ ਜੀ ਹੋਸਪਿਟਲ ਜਾ ਰਹੇ ਗੰਦਮ ਸਿੱਤਰ ਗੰਦਮ ਕੱਟੀ ਗਈ ਔਰ ਨਿਕਲ ਵੀ ਗਈ ਔਰ ਗੰਦਮ ਨਿਕਲ ਵੀ ਗਈ ਹੈ ਖਤਮ ਹੋ ਗਈ ਬਸ ਹੈਂਡਲ ਚੱਲਣਾ ਖਤਮ ਬਸ ਇੱਕ ਦੋ ਦਿਨ ਆ ਦੇਖੋ ਕੁਛ ਭਰੀਆਂ ਬੰਨੀਆਂ ਪਈਆਂ ਸ਼ਹਿਰ ਜਿੱਥੇ ਹੋਸਪਿਟਲ ਗਏ ਸੀਗੇ ਉਹਦੀ ਡਿਟੇਲ ਤੁਹਾਨੂੰ ਉੱਥੇ ਘਰ ਜਾ ਕੇ ਸ਼ੇਅਰ ਕਰਦੇ ਹਾਂ।
ਅਸੀਂ ਆਪਣੇ ਪਿੰਡ ਵਾਲੇ ਹੋਸਪਿਟਲ 'ਚ ਆਏ ਸੀਗੇ, ਠੀਕ ਹੈ, ਅਤੇ ਇੱਥੋਂ ਆਣ ਕੇ ਦੋਨੋਂ ਬੱਚਿਆਂ ਨੇ ਮੈਡੀਸਨ ਲਈ ਹੈ। ਚਲੀਏ ਚਲ। ਰੀਸ ਨਾ ਬਣ ਵੀ ਰੀਸ ਨਾ ਜਾਣਾ ਇਸ ਦੇ ਮਗਰ, ਠੀਕ ਨਾ। ਹੁਣ ਮਦਾਨਸ਼ ਜਾ ਕੇ ਮਦਾਨਿਸ਼ ਵਰਿਆ ਨਾ ਫਾਤਮਾ ਮੁਹੰਮਦਾਨਿਸ਼ ਦਾਨਿਸ਼ ਆ ਜਾ। ਦੇਖੋ ਨਾ ਅਨਾਇ ਫਾਤਮਾ ਕੋਲੋਂ ਨਾ ਗਲਾਸ ਇੰਨੇ ਗਲਾਸ ਖੁੰਦਾ ਵਾ, ਲੇਕਿਨ ਅਨਾਇ ਫਾਤਮਾ ਗਲਾਸ ਨਹੀਂ ਦਿੰਦੀ। ਨਾਇਆ ਮੁਹੰਮਦਾਨਿਸ਼ ਇੱਧਰ ਆਓ, ਬਾਕਿਓ ਬਾਕੀ ਬਾਕਿਓ ਬਾਕੀ ਬੇਟਾ ਬਾਕੀ ਆ ਜਾ, ਬਾਕੀ 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 ਆ ਜਾ ਆ ਜਾ। ਦਵਾਈਆਂ ਭਰਨ ਲੱਗਾ ਬੁਖਾਰ ਮੋਸ਼ਨ ਲੱਗੇ ਹੋਏ ਬੁਖਾਰ ਆ, ਤੇ ਹੋਸਪਿਟਲ ਗਏ ਆ ਸਰਕਾਰੀ, ਤੇ ਉੱਥੇ ਪਹਿਲੇ ਤਾਂ ਘੰਟਾ ਪੂਰਾ ਸਾਨੂੰ ਚੰਗਾ ਵੇਟ ਕਰਾਇਆ। ਸਾਡਾ ਜਿਹੜਾ ਪਹਿਲੇ ਨੰਬਰ ਲੱਗਾ ਸੀ ਉਹ ਵੀ ਪੂਰਾ ਘੰਟਾ ਸਾਡੇ ਤੋਂ ਖੜਾ ਰਿਹਾ, ਉਹਨੂੰ ਉਹਦਾ ਨੰਬਰ ਨਾ ਆਵੇ, ਕਿਉਂਕਿ ਜਿਹੜੇ ਸਿਫਾਰਿਸ਼ ਸੀ ਸਿਫਾਰਿਸ਼ਾਂ ਅੰਦਰ ਲਈ ਜਾਂਦੇ ਸੀਗੇ,
ਜਿਹੜਾ ਨੰਬਰ ਲੈ ਕੇ ਸੀ ਖੜੇ ਨੂੰ ਚੱਕ ਕੇ ਬੱਚੇ ਸੇ ਜ਼ਿਆਦਾ ਖਰਾਬ ਸੀ, ਫਿਰ ਮੈਂ ਲੈਣ ਲੈ ਗਿਆ ਆਪਣੇ ਪਿੰਡ ਵਾਲੇ ਹੋਸਪਿਟਲ, ਉੱਥੇ ਆਉਂਦੇ ਆ ਔਰ ਆਉਂਦੇ ਆਉਂਦੇ ਇਹਨਾਂ ਦੀ ਮੈਡੀਸਨ ਲੈ ਕੇ ਆਏ ਅਤੇ ਉਹ ਇਹਨਾਂ ਚੁੰਮੇ ਦੋ ਇਹਨਾਂ ਦੀ ਮੈਡੀਸਨ ਖਾਂਸੀ ਵੀ ਹੋਈ ਹੈ, ਕਿਉਂਕਿ ਜਦੋਂ ਬੱਚਾ ਦੰਦੀਆਂ ਦਾੜਾ ਕੱਢੇ ਨਾ ਉਦੋਂ ਵੀ ਬੱਚਾ ਬਿਮਾਰ ਹੋ ਜਾਂਦਾ ਵਾ, ਮੋਸ਼ਨ ਲੱਗੇ ਹੋਏ ਇਹਨੂੰ, ਖਾਂਸੀ ਬਹੁਤ ਜ਼ਿਆਦਾ ਵਾ, ਕਹਿੰਦਾ ਫਾਤਮਾ ਸੌਣ ਨਹੀਂ ਸੀ ਦਿੰਦੀ ਹੁੰਦੀ ਰਾਤ ਨੂੰ, ਥੋੜੀ ਪਾ ਕੇ ਦੀ ਇਸ ਤਰ੍ਹਾਂ ਨਹੀਂ ਪੀਊਗੀ, ਪਾ ਕੇ ਉਲਟਾ ਕੇ ਦੇ ਦਿਓ ਟਟਾ ਕੇ। ਕੋਸ਼ਿਸ਼ ਕਰਦਾ ਵਾ ਮੈਂ ਗੱਲ ਕਰਾਂ, ਕੋਸ਼ਿਸ਼ ਕਰਦਾ ਲੇਕਿਨ ਪੱਠਿਆਂ ਨੂੰ ਖਿਚਾਓ ਪਿਆ ਹੋਇਆ ਨਾ, ਹਾਂਜੀ ਇਸੇ ਕਰਕੇ ਦਵਾ ਦੇਖ ਮੇਰੇ ਕੱਪੜੇ ਤੋਂ ਖੋਲਦੀ ਨਾ, ਉਹ ਤੂੰ ਪੀਣੀ ਹੈ ਇਸ ਤਰ੍ਹਾਂ ਨਹੀਂ ਉਲਟਾ ਕੇ ਪਾਓ, ਇਸ ਤਰ੍ਹਾਂ ਜਲਦੀ ਪੀਊਗੀ, ਪਰ ਬੱਚੇ ਵੀ ਦਵਾਈ ਦੇਣੀ ਹੈ ਨਾ ਬੜੀ, ਹੁਣ ਕਹਿ ਰਹੀ ਮੈਂ ਨਹੀਂ ਪੀਣੀ, ਪੀਣੀ ਪੀਣੀ ਪੁੱਤ ਆਰਾਮ ਆਊਗਾ, ਪੀਊਂਗੇ ਤਾਂ ਆਰਾਮ ਆਉਣਾ, ਇਸ ਤਰ੍ਹਾਂ ਆਰਾਮ ਆਉਣਾ ਮੇਰੇ ਕੋਲ ਵੀ ਇਸ ਤਰ੍ਹਾਂ ਪੀਂਦੇ ਆ, ਇੱਕ ਰਹਿ ਗਈ ਪਿਆਦਾ ਕਿੰਨੀ ਕਮਜ਼ੋਰ ਹੋ ਗਈ ਆ, ਦੋ ਦਿਨਾਂ ਚ ਨਾ ਕਮਜ਼ੋਰ ਬਹੁਤ ਹੋ ਗਈ, ਥੋੜੀ ਪਕੜ ਕੇ ਦਵਾਈ ਦੇਣੀ ਪੈਂਦੀ ਆ, ਕਈ ਬੱਚੇ ਇੰਨਾ ਖੁਸ਼ ਹੋ ਕੇ ਦਵਾਈ ਪੀਂਦੇ ਆ, ਦਾਨਿਸ਼ ਰਹਿ ਗਿਆ ਦਾਨਿਸ਼, ਮੁਹੰਮਦਾਂ ਦੇ ਪਾਪਾ ਵੀ ਨੀ ਜਲਦੀ ਦਵਾਈ ਖਾਂਦੇ, ਇਹਦੇ ਗੰਦਾ ਮਾਰ ਕੇ ਆਏ ਤੇ ਇੰਨਾ ਬੁਖਾਰ ਸੀਗਾ ਤੇ ਮੈਂ ਇਹਨਾਂ ਨੂੰ ਕਿਹਾ ਵੀ ਗੋਲੀ ਦਵਾਂ, ਕਹਿੰਦੇ ਨਹੀਂ ਗੋਲੀ ਵੀ ਨੀ ਖਾਣੀ ਅਸੀਂ ਡਾਕਟਰ ਕੋਲ ਨੀ ਜਾਣਾ, ਮੈਂ ਕਿਹਾ ਸੀ ਮੈਡੀਸਨ ਘਰ ਪਈ ਆ ਦੇ ਦਿੰਦੇ, ਕੱਪੜਾ ਇਹਨਾਂ ਨਾ ਮੂੰਹ ਸਾਫ਼ ਕਰਦੀ ਆ, ਬਿਸਮਿਲ੍ਲਾ ਤਾੜੀ ਪਹਿਲਾਂ ਮਾਰ ਜੀ ਜੀ ਪੁੱਤ, ਤੇ ਜੀਜੀ ਰਾਮ ਆਜੂਗਾ ਰਾਮ ਆਜੂਗਾ, ਗਾੜੀ ਬਾਅਦ ਚ ਚਲਾਓ ਜੀ, ਆ ਦਵਾਈ ਮੈਨੂੰ ਪਕੜਾ ਦੋ ਨਾ, ਹਾਂਜੀ ਬੰਦ ਕਰ ਦੇ ਤੇ ਟੱਕਣ, ਬਸ ਇਹ ਦਵਾਈ ਬੱਚਿਆਂ ਨੂੰ ਪਿਆ ਦੋ, ਬਿਸਮਿਲ੍ਲਾਹਿਰਰਹਿਮਾਨਿਰਰਹੀਮ ਕਸ ਮੈਂ ਬੱਚਿਆਂ ਨਾਲ ਦਵਾਈ ਪੀਣੇ ਨਾ, ਮੈਂ ਇਹਨਾਂ ਨੂੰ ਕੁਛ ਇਸ ਤਰ੍ਹਾਂ ਦਵਾਈ ਪਿਉਂਦੀ ਹੁੰਦੀ ਹਾਂ ਉਲਟਾ ਕੇ, ਚੁੱਪ ਕਰ ਗਈ ਤੇ ਦੁਬਾਰੋਂ ਨਾਲੇ ਨਾ ਮੌਸਮ ਵੀ ਹੁਣ ਇਸ ਤਰ੍ਹਾਂ ਇਹਦਾ ਆਇਆ ਮੱਖੀ ਦਾ ਕਰਕੇ ਨਾ ਵੀ ਬੱਚੇ ਕਾਫੀ ਬੱਚੇ ਬਿਮਾਰ ਹੋ ਰਹੇ ਲੱਗ ਕਾਫੀ ਲੋਕਾਂ ਦੇ, ਮੌਸਮ ਚੇਂਜ ਹੋ ਰਿਹਾ ਨਾਲੇ, ਹਾਂਜੀ ਮੱਛਰ ਵੀ ਬਹੁਤ ਜ਼ਿਆਦਾ, ਮੱਖੀ ਮੱਛਰ ਵੀ ਹੈ ਨਾ, ਇਸ ਤਰ੍ਹਾਂ ਮੌਸਮ ਵੀ ਚੇਂਜ ਹੋ ਰਿਹਾ ਵਾ, ਇਸ ਵਾਸਤੇ ਬੱਚੇ ਬਿਮਾਰ ਹੋ ਰਹੇ ਆ, ਕੋਈ ਗੱਲ ਨਹੀਂ ਤੇ ਅੱਲਾ ਕਰ ਕਰੇ ਗੰਦਾ ਮੰਡੀ ਗਈ ਮੁਹੰਮਦਾਂ ਦੇ ਪਾਪਾ ਹੋਣਾਂ ਦੀ ਵੱਢ ਲਈ ਆ ਮਸਲਾ।
ਇਹ ਵੀ ਅੱਲਾ ਦਾ ਸ਼ੁਕਰ ਬਹੁਤ ਆ, ਅੱਲਾ ਦਾ ਅਹਿਸਾਨ ਆ। ਹਾਂਜੀ, ਦੋ ਬੋਰੇ ਦਾਣੇ ਦੇ ਆਏ ਨਾ, ਬਾਕੀ ਇਨਸ਼ਾਅੱਲਾ ਕੰਮ ਕਰਾਂਗੇ। ਹਾਂਜੀ, ਇਨਸ਼ਾਅੱਲਾ ਸੁਬਾ ਫਿਰ ਦਾ ਦਿਨ ਚੜਾਵੇ, ਕਿਉਂਕਿ ਫਸਟ ਟਾਈਮ ਮੁਹੰਮਦ ਆਦ ਪਾਪਾ ਨੂੰ ਕੰਮ ਲੱਭਾ ਨਵਾਂ। ਹਾਂਜੀ, ਜਿਹੜਾ ਦੋ ਕੰਮ ਮਿਲਿਆ ਉਹ ਇਨਸ਼ਾਅੱਲਾ ਸੁਬਾ ਜਾਵਾਂਗੇ ਲੈ ਕੇ। ਹਾਂਜੀ, ਮੇਰਾ ਮਾਲਕ ਦੀ ਜ਼ਾਤ ਤੇ ਰਿਜ਼ਕ ਦੀ ਬਰਕਤ ਪਾਵੇ। ਹਾਂਜੀ, ਸਭ ਭੈਣ ਭਾਈਆਂ ਦੇ ਦੇਵੇ, ਵਸੀਬ ਦੇਵੇ। ਮੈਂ ਮਨ ਵਿੱਚ ਬਾਤ ਕਰਨੀ ਹੈ ਕਿ ਅੱਲਾ ਬਾਗ ਸਾਡੇ ਮੇਰੀ ਰੋਜ਼ੀ ਵਿੱਚ ਬਰਕਤ ਪਾਵੇ। ਹਾਂਜੀ, ਅਜ਼ਾਨ ਹੋ ਰਹੀ ਹੈ, ਅਜ਼ਾਨ ਸੁਣਦੇ ਹੋਏ ਬਰਤਨ ਧੋਤੇ ਸੀ ਨਾ, ਇਹਨੂੰ ਉਠਾਓ ਤੋ ਫਿਰ। ਹੋਏ ਦਾਨਿਸ਼, ਕਿਆ ਕਰ ਰਹਾ ਹੈ? ਹਾਂਜੀ ਮੁਹੰਮਦ ਦਾਨਿਸ਼, ਨਾਇਆ ਫਾਤਮਾ ਕਿਉਂ ਰੋ ਰਹੇ ਬੇਟੇ?